ਹਾਂਜੀ ਆ ਸੁਣ ਲਓ ਸੁਣ ਲਓ ਬਸ ਇੱਕ ਤੁਹਾਨੂੰ ਗੱਲ ਸੁਣਾ ਕੇ ਭੰਗੜਾ ਲੱਗਣ ਲੱਗਾ ਫੇਸਬੁੱਕ ਦੀ ਗੱਲ ਫੇਸਬੁੱਕ ਦੀ ਗੱਲ ਲੱਗਾ ਦੱਸਣ ਮੈਂ ਕਿਸੇ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਕਾਕਾ ਫੇਸਬੁੱਕ ਕੀ ਹੁੰਦੀ ਆ ਕਹਿੰਦਾ ਫੇਸਬੁੱਕ ਹੁੰਦੀ ਮੂੰਹ ਦੀ ਕਿਤਾਬ ਮੈਂ ਕਿਹਾ ਉਹਦਾ ਕੀ ਮਤਲਬ ਹੁੰਦਾ ਕਹਿੰਦਾ ਬਸ ਫੇਸਬੁੱਕ ਇੱਦਾਂ ਹੀ ਹੁੰਦੀ ਆ ਤੁਹਾਨੂੰ ਕੀ ਪਤਾ ਤੁਹਾਡੀ ਉਮਰ ਹੁਣ ਲੰਘ ਗਈ ਫੇਸਬੁੱਕ ਵਾਲੀ ਉਹ ਮੈਂ ਕਿਹਾ ਮੈਨੂੰ ਮਾੜਾ ਮੋਟਾ ਤਾਂ ਦੱਸ ਮੈਨੂੰ ਕਹਿੰਦਾ ਜੇ ਫਿਰ ਤੁਸੀਂ ਹੈ ਨਾ ਪੂਰਾ ਫੇਸਬੁੱਕ ਬਾਰੇ ਜਾਣਨਾ ਮਤਲਬ ਚਾਨਣਾ ਲੈਣਾ ਆ ਤਾਂ ਫਿਰ ਮੈਂ ਤੁਹਾਡੀ ਆਈਡੀ ਬਣਾ ਦਿੰਦਾ ਕਿਸੇ ਕੁੜੀ ਦੇ ਨਾਂ ਤੇ ਮੈਂ ਕਿਹਾ ਠੀਕ ਆ ਉਹਨੇ ਮੇਰੀ ਆਈਡੀ ਬਣਾਤੀ ਮੈਂ ਨਾਂ ਨਹੀਂ ਤੁਹਾਨੂੰ ਦੱਸਣਾ ਕਿਉਂਕਿ ਤੁਹਾਡੇ ਚੋਂ ਕਈਆਂ ਨੇ ਚੈਟ ਕੀਤੀ ਹੋਣੀ ਮੇਰੇ ਨਾਲ ਉਹਨਾਂ ਨੇ ਆ ਸੁਣ ਲਓ ਮੇਰੀ ਗੱਲ ਅੱਜ ਕੱਲ੍ਹ ਦੀ ਮੈਂ ਤੁਹਾਡੀ ਨੌਜਵਾਨ ਪੀੜ੍ਹੀ ਦੀ ਗੱਲ ਦੱਸਦਾ ਉਹਨੇ ਮੇਰੀ ਆਈਡੀ ਬਣਾਤੀ ਕੁੜੀ ਜਿਹੀ ਦੇ ਨਾਂ ਤੇ ਗੂਗਲ ਦੇ ਉੱਤੋਂ ਫੋਟੋ ਲੈ ਕੇ ਕੋਈ ਵਧੀਆ ਜੀ ਫੋਟੋ ਲਾਤੀ ਪਹਿਲਾਂ ਤਾਂ ਮੇਰਾ ਹੀ ਫੋਟੋ ਦੇਖਣ ਨੂੰ ਰੋਜ਼ ਜੀ ਕਰਿਆ ਕਰੇ ਮੁੜ ਕੇ ਆ ਜਿਹੜੇ ਭੰਗੜੇ ਵਾਲੇ ਮੁੰਡੇ ਤੁਹਾਡੇ ਵਰਗੇ ਮੁੰਡੇ ਕਬੱਡੀ ਵਾਲੇ ਮੁੰਡੇ ਬਾਹਰ ਅੰਕਲ ਜੀ ਕਰਕੇ ਪੈਰੀਆਂ ਹੱਥ ਲਾਉਂਦੇ ਹੁੰਦੇ ਸੀ ਰਾਤ ਨੂੰ 10-10 ਜਣੇ ਚੈਟ ਕਰਦੇ ਸੀ ਇਦਾਂ ਦੀਆਂ ਗੱਲਾਂ ਪੁੱਛਦੇ ਸੀ ਇਦਾਂ ਦੀਆਂ ਗੱਲਾਂ ਮੈਨੂੰ ਸਵਾਲ ਪੁੱਛਦੇ ਸੀ ਮੈਨੂੰ ਇੰਨੀ ਸ਼ਰਮ ਆਉਂਦੀ ਸੀ ਨਾ ਮੈਂ ਰਜਾਈ ਦੇ ਵਿੱਚ ਮੂੰਹ ਲਵੋ ਕੇ ਲੈਪਟਾਪ ਰਜਾਈ ਦੇ ਵਿੱਚ ਰੱਖ ਕੇ ਉਹਨਾਂ ਨੂੰ ਆਨਸਰ ਕਰਦਾ ਸੀ ਉਹ ਤੁਸੀਂ ਆਪ ਆਈਡੀਆ ਲਾ ਲਓ ਮੇਰਾ ਭਤੀਜਾ ਨਾਲ ਦੇ ਕਮਰੇ ਚੋਂ ਬੈਠਾ ਹੀ ਆਨਲਾਈਨ ਹੋਇਆ ਮੇਰੇ ਨਾਲ ਚੈਟ ਕਰੀ ਜਾਵੇ ਮੈਨੂੰ ਗੁੱਸਾ ਬੜਾਇਆ ਮੈਨੂੰ ਇੰਨਾ ਗੁੱਸਾ ਆਇਆ ਮੈਂ ਜਾ ਕੇ ਦਰਵਾਜ਼ਾ ਖੜਕਾਇਆ ਤੇ ਕੰਪਿਊਟਰ ਤੇ ਬੈਠਾ ਮੈਂ ਕਿਹਾ ਕੀ ਕਰਦਾ ਕਹਿੰਦਾ ਅਸਾਈਨਮੈਂਟ ਬਣਾਉਣਾ ਮੈਂ ਕਿਹਾ ਅਸਾਈਨਮੈਂਟ ਫਲਾਨੀ ਨਾਲ ਬਣਾਉਣਾ ਜਦੋਂ ਮੈਂ ਨਾਂ ਲਿਆ ਉਹਦਾ ਮੈਂ ਢਿੱਲਾ ਜਿਹਾ ਪੈ ਗਿਆ ਅੱਛਾ ਇੱਕ ਨੇ ਤਾਂ ਹੱਦ ਕਰ ਦਿੱਤੀ ਇੱਕ ਦਿਨ ਮੈਨੂੰ ਮੈਸੇਜ ਭੇਜ ਕੇ ਕਹਿੰਦਾ ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਚਿੱਤ ਕਰਦਾ ਮੇਰਾ ਫੋਨ ਨੰਬਰ ਆ ਮੈਨੂੰ ਫੋਨ ਕਰੋ ਮੈਂ ਅੱਕਿਆ ਪਿਆ ਸੀ ਮੈਂ ਫੋਨ ਕੀਤਾ ਉਹ ਮੈਂ ਕਿਹਾ ਸੰਗ ਕਰੋ ਤੁਸੀਂ 10-10 ਜਾਣੇ ਮੈਂ ਇਕੱਲਾ ਮੈਨੂੰ ਪਤਾ ਬੋਲੋ ਕੀ ਕਹਿੰਦਾ ਮੈਨੂੰ ਕਹਿੰਦਾ ਇਕੱਲਾ ਨੀ ਸੋਹਣੀਏ ਇਕੱਲੀ ਕਹਿ ਇਕੱਲੀ ਮੈਨੂੰ ਫਿਰ ਯਾਦ ਆਇਆ ਵੀ ਮੇਰੀ ਤਾਂ ਆਈਡੀ ਲੇਡੀ ਦੇ ਨਾਂ ਤੇ ਆ ਮੈਂ ਫਿਰ ਪਤਲਾ ਜਿਹਾ ਬੋਲ ਬਣਾ ਕੇ ਮੈਂ ਕਿਹਾ ਸੰਗ ਕਰੋ ਤੁਸੀਂ ਮੈਂ ਤੁਹਾਡੀਆਂ ਮਾਵਾਂ ਵਰਗੀ ਆ ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਆ ਪਰ ਕਹਿੰਦਾ ਫਿਕਰ ਨਾ ਕਰ ਮੈਂ ਵੀ ਆਪਣੇ ਡੈਡੀ ਲਈ ਟਰਾਈ ਕਰਦਾ ਉਹਨੂੰ ਕੰਪਿਊਟਰ ਨਹੀਂ ਚਲਾਉਣਾ ਆਉਂਦਾ ਹਾਂਜੀ ਹੁਣ ਪੇਸ਼ ਕਰਾਉਂਦੇ ਆ ਭੰਗੜਾ